ਸਲਾਮ ਅਲੈਕੁਮ, ਕੀ ਹਾਲ ਤੁਸੀਂ ਆਪਣਾ ਯੂਟਿਊਬ ਚੈਨਲ ਚਾਹੁੰਦੇ ਵੀ ਲੋਕ ਚਾਹੀਦਾ ਵਲੋਗਰ ਦਾ ਸਟਾਰਟ ਹੈ ਅਤੇ ਅੱਜ ਤਿਆਰ ਸ਼ਿਆਰ ਹੋ ਕੇ ਜਾ ਰਿਹਾ ਪਿੰਡੀ। ਕੀ ਟਾਈਮ ਹੋਰ 4 ਦਾ ਟਾਈਮ ਹੋ ਗਿਆ ਅਤੇ ਅੱਜ ਖਾਣਾ ਪੀਜ਼ਾ। ਬੜੇ ਦਿਨ ਬਾਅਦ ਅੱਜ ਪੀਜ਼ਾ ਖਾਊ ਇਸੂ ਅਤੇ ਨਾਲ ਦੇਣ ਲੱਗੇ ਹੁੰਦੇ ਨੇ। ਸਕੂਟਰ ਖਿਲਾਰ ਛੁੱਟਿਆ ਇੱਥੇ ਇੱਕ ਵਾਰੀ ਛਾਂ 'ਤੇ ਅਤੇ ਦੂਸਰੇ ਛੋੜ ਕੇ ਨਾਲ ਦੇ ਲੱਗੇ ਹੁੰਦੇ ਨੇ ਅਤੇ ਗਰਮੀ ਬੜੀ ਹੈ ਤਾਂ ਪੀਜ਼ਾ ਖਾਣਾ। ਗਰਮੀ ਕਦੀ ਪੀਜ਼ਾ ਖਾਧੇ? ਹਾਂ ਭਾਈ ਜਾਨ, ਖਾਧਾ ਪੀਜ਼ਾ। ਉਹ ਪੀਜ਼ਾ ਹੁੰਦਾ ਕੀ ਵਜੇ? ਕ੍ਰੀਮ ਚਾਟ ਕੀ ਹੁੰਦਾ? ਕਿਹੜੇ ਕ੍ਰੀਮ ਚਾਟ? ਅਮੂ ਤਾਂ ਲੈਣ ਵਾਲੀ ਕਰੀਮ ਨਹੀਂ। ਅੱਛਾ ਭਾਈ, ਪਰਲੇ ਬੰਦੇ ਲਾ ਕੀ ਹੈ ਕ੍ਰੀਮ ਚਾਟ ਤੇ ਫਰੂਟ ਚਾਟ ਇੱਕੋ ਹੁੰਦਾ? ਉਹ ਇੱਕ ਕਿਵੇਂ ਹੁੰਦਾ? ਇੱਕ ਹੀ ਹੁੰਦਾ ਵਾਲੀ ਬੱਟੀ, ਇੱਕ ਹੀ ਹੁੰਦਾ ਜੀ? ਆ ਹੈਂ ਜੀ ਆ ਆ ਮੀ ਬੱਟੀ ਰਿਆਸਤ ਵਾਲੀ ਆ ਰਿਹਾ ਉਧਰ। ਕਾਲਾ ਕਿੱਡਾ ਤੂੰ? ਮੜ ਬੰਦੇ ਕਾਲੇ ਹੁੰਦੇ ਨਾ ਤਾਂ ਸ਼ੁਕਰ ਕਰ। ਹਲਾ ਥੱਲੇ ਲੋ, ਨਾਲ ਦੇ ਆ ਗਏ ਤੇ ਚਲੀਏ ਹੁਣ। ਥੱਲੇ ਲੋ, ਨਾਲ ਦੇ ਕੋ ਨਹੀਂ ਆ ਲੋ ਆ ਗਏ ਨੋ ਸਾਡੇ ਪਿੰਡ ਦੇ ਨਾਲ ਨਜ਼ਦੀਕ ਹੈ ਚਨਿਓਟ ਰੋਡ ਤੇ ਤੇ ਇੱਥੇ ਆਏ ਹਾਂ ਚਫਸੀ ਤੇ ਅੱਗੇ ਜਾਣਾ ਪਿੰਡੀ ਬਣੀਆਂ ਉੱਥੇ ਜਾਣਾ ਤੇ ਅਸੀਂ ਆਖਿਆ ਇੱਥੇ ਆ ਜਾਈਏ ਤੇ ਹੁਣ ਚੈੱਕ ਕਰਦੇ ਪਏ ਹਾਂ ਮੈਨੀਓ ਖਾਣਾ ਪੀਜ਼ਾ ਹੀ ਹੈ ਬਸ ਰੇਟ ਦਿੰਦੇ ਪਏ। ਮੁੜ ਪਤਾ ਹੁਣ ਆਪਸ ਦੀ ਗੱਲ ਹੈ ਇੱਥੇ ਸਨ ਪੰਜ ਸਾਈਆਂ ਏ ਸੀ ਚਲਾ ਕੇ ਦਿੱਤਾ ਘਰ। ਗੱਲ ਮੈਂ ਕਰੂੰਗਾ ਘਰ ਸਨ, ਘਰ ਸਨ ਜਨਾਬ ਜੀ, ਪੱਖੇ ਦੀ ਗਰਮ ਹਵਾ ਵੀ ਨਹੀਂ ਲੱਗਦੀ, ਉਹ ਵੀ ਨਸੀਬਾਂ ਨਾਲ ਲੱਗਦੀ ਆ। ਇੱਥੇ ਸਾਈਆਂ ਜਨਾਬ ਜੀ ਏ ਸੀ ਚਲਾ ਕੇ ਦਿੱਤਾ ਆ। ਵਾਹ ਬਾਈ ਵਾਹ, ਪ੍ਰੋਟੋਕੋਲ ਹੈ ਇਹ ਜੱਟ ਵਾਸਤੇ ਦੇਣਾ, ਜਿਹੜੇ ਖਾ ਕੇ ਨਿਕਲਣਾ ਉਹਨੇ ਕਿਤੇ ਮੁੜ ਸਾਨੂੰ ਯਾਦ ਕਰਨਾ। ਹੁਣ ਆਰਡਰ ਦੇ ਛੱਡਿਆ, ਹੁਣ ਆਰਡਰ ਆ ਜਾਂਦਾ 10-15 ਮਿੰਟ, 10-15 ਮਿੰਟ ਲੱਗ ਨਹੀਂ ਜਾਣੇ ਮੇਰੇ ਨਾਲ ਆਏ ਹੋਏ ਨੇ। ਇੱਕ ਆ ਮੱਛੀ, ਅਸੀਂ 3 ਜਣੇ ਸਦੱਸੀ ਆ ਖਾਈ ਪੀਜ਼ਾ ਖਾ ਜਾਵੀਏ ਹਾਂਜੀ ਖਾਧੀ ਅੱਗੇ, ਮੈਂ ਤਾਂ ਪਹਿਲੀ ਵਾਰ ਖਾਵਾਂ ਪਤਾ ਉਹਨਾਂ ਨੂੰ ਅੱਗੇ ਖਾਧਾ, ਬਲਕਿ ਦੂਜੇ ਚੈਨਲ 'ਤੇ ਮੈਂ ਵੱਖਰਾ ਇੱਕ ਵਲੋਗ ਬਣਾਇਆ ਪੀਜ਼ੇ ਦਾ। ਪੀਜ਼ਾ ਮੈਂ 3-4 ਵਾਰੀ ਖਾਧਾ ਅਤੇ ਅੱਜ 5ਵੀਂ ਵਾਰ ਖਾਊਗੀ ਸਰ, ਮੈਨੂੰ ਪਸੰਦ ਇੰਨਾ ਕੋਈ ਨਹੀਂ ਹੈ ਇਸ ਤਰ੍ਹਾਂ। ਮਾਹੌਲ ਚੈੱਕ ਕਰੋ ਤੁਸੀਂ, ਸੋਫੇ ਚੈੱਕ ਕਰਾ ਸਾਈਨ ਮੰਨ ਕੇ ਕਰ ਇੱਕ ਡੇ ਪੜ ਲੈਣੇ ਵਾਕਈ ਪੋਲੇ ਤੇ ਬੜੇ ਨਹੀਂ ਆ ਆ ਯਾ ਚਾ ਸਾਗ ਤੇ ਆਈਫੋਨ ਦੀ ਮੈਮਰੀ ਫੁੱਲ ਹੋਈ ਪਈ ਅੱਲਾ ਦਾ ਅਮਰ ਤੇ ਇਹਦੇ ਤੋਂ ਨਾ ਤਸਵੀਰਾਂ ਚੈੱਕ ਲਵੀਏ 2-3 ਮੁੜ ਮਿਲਦੇ ਆ ਤੁਹਾਨੂੰ ਜੀ। ਆਰਡਰ ਸਾਡਾ ਆ ਗਿਆ ਹੁਣ ਸਾਹਿਬ, ਪੀਜ਼ਾ ਵੇਖ ਲਓ ਪਹਿਲੀ ਵਾਰ ਤੁਸੀਂ ਮਿਲਦੇ। ਵਾਕਈ ਯਾਰ ਇਹ ਪੀਜ਼ਾ ਹੈ ਵਾਕਈ ਨਾ ਇੰਜੀ ਹੈ ਵਾਕਈ ਯਾਰ, ਵੇਖ ਲਈ ਰੋਟੀ ਬਣੀ ਵੇਖ ਨਾ ਗੋਲ ਗੋਲ ਦੀ ਉੱਤੇ ਕੀ ਹੈ ਇਹ? ਉੱਤੇ ਦਹੀਂ ਹੈ, ਦਹੀਂ ਹੈ ਨਾ ਆ ਵੇਖ, ਕਾਲੀ ਕਾਲੀ ਕੀ ਹੈ ਤਰਦੀ ਤੇ ਬਲਾ ਅਲਾ ਜਦੋਂ ਮੈਂ ਪਹਿਲੀ ਵਾਰ ਨਹੀਂ ਇਹ ਖਾਦਾ ਆ ਹੈ ਨਾ ਹੈ ਰਬਤੀ ਜੀ ਕੀ ਬਲਾ ਆਈ ਮਸ਼ਰੂਮ ਇਹ ਵਿੱਚ ਆ ਗਈ ਜਨਾਬ ਜੀ। ਮੈਂ ਆਖਿਆ ਮੈਂ ਨਾਲ ਦੇਣਾ ਕੋ ਆ ਵੇਖੋ ਵੇ ਰਬੜ ਠੰਡਾ ਪਾਏ ਹੋਏ ਆ ਖਾਦੀ ਹੋਈ ਹੈ ਤੂੰ ਆਇਆ ਖਾ ਵੀ ਦੀਏ ਰਾਜ ਵੀ ਖਾ ਵੀ ਦੀਏ
ਚਮਚੀ ਲੱਭੀ ਆ ਕਦੇ ਘਰ ਕਿਵੇਂ ਦੀ ਚਮਚੀ ਆ ਇਹਨਾਂ ਸਾਨੂੰ ਛੁਰਾ ਗਿਫਟ ਦਿੱਤਾ ਬਾਲੀਆਂ ਖਰਚਾ ਮਾਰਨ ਲੱਗ ਪਿਆ ਚੰਗੀ ਚੰਗੀ ਫੜ ਮਾਰਨ ਲੱਗ ਪਿਆ ਖਾਵੀਏ ਪਲੇਟਾਂ ਚਲੇਟਾਂ ਲੈ ਆਉਣਾ ਹੋਣਾ ਇੱਕ ਵਾਰੀ ਪੀਜ਼ੇ ਨੂੰ ਨਿਬੜੀਏ ਆਂਦੇ ਨੇ ਪੀਜ਼ਾ ਨਹੀਂ ਖਾਈਦਾ ਬਸ ਕਰ ਹੁਣ ਤੇਰੇ ਸਬਸਕ੍ਰਾਈਬਰ ਜਿਹੜਾ ਨਾ ਦਿਲ ਕਰ ਸਹੀ ਭਾਈ ਕਰਦਾ ਰਹੇ ਨੇ ਪੈਸੇ ਭਰੇ ਹੋਏ ਨੇ ਉਹ ਆ ਸਹੀ ਤਰ੍ਹਾਂ ਕਰ ਆਪਣੇ ਨੱਪੇ ਨਾਲ ਪਲੇਟ ਇੱਥੇ ਤੇ ਤਾਂ ਕਰ ਉਹ ਸਟੀਲ ਦੀ ਟਿੰਦੀ ਹੋਣੀ ਹੈ ਪਲੇਟ ਵੀ ਮਿੰਝ ਹੀ ਨਹੀਂ ਹੱਸਣਾ ਨਾ ਚਾਹ ਮੈਂ ਨਾ ਉਹ ਯਾਰ ਟਰੇ ਉਹਦੇ ਰੱਖ ਇੰਨੀ ਟਰੇ ਦੇ ਵਿੱਚ ਆਸਮਾਨ ਨੂੰ ਰੱਖਣਾ ਉਹ ਰੱਖ ਹੈ ਉਹਦੇ ਹਾਂ ਲੋੜ ਕੋ ਨਹੀਂ ਆਉਂਦੀ ਵੇਲਾ ਇੱਥੇ ਜਰਗਾ ਮੱਲੀ ਹੋਈ ਜਾਸ ਪਾ ਬਾਈ ਉਹ ਪਾਵੋ ਕਿਵੇਂ ਘੱਟ ਆ ਰਿਹਾ ਬਈ ਇੱਕ ਇੱਕ ਨਾਈਫ ਅਤੇ ਇੱਕ ਇੱਕ ਸੋਕ ਲੈ ਲਓ ਸੱਟੇ ਨਾ ਇੱਕ ਵਾਰੀ ਹੁਣ ਮੈਂ ਨਾ ਮੰਮੀ ਦੀ ਰੋਟੀ ਕੋ ਨਹੀਂ ਖਾਧੀ ਆਈ ਭਾਰੀ ਕੋ ਨਹੀਂ ਗਰਮ ਹੈ ਜਦ ਗਰਮ ਨਹੀਂ ਠੰਡਾ ਖਾਣੀ ਹਾਏ 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 ਕਿੰਨੀ ਰਾਤ ਨਾ ਖਾਣ ਚਮਚ ਲਿਆ ਔਰ ਇਹਨਾਂ ਮੈਂ ਵਿਖਾ ਲਵਾਂ ਇੰਜ ਖਾ ਵੀ ਭਾਵੇਂ ਸੱਚੀ ਸਮਝ ਲਵਾਂ ਨਹੀਂ ਨਹੀਂ ਵਿਖਾ ਵਿਖਾ ਬੋਤਲ ਫੱਟ ਹੈ ਆ ਜਨਾਬ ਜੀ ਇੰਜ ਸਾਡੇ ਪਿੰਡ ਵਾਲੇ ਸਾਥ ਚੜ ਜਾਣਾ ਹੁਣ ਮੇਰੇ ਅੱਗੇ ਕੱਥ 'ਚ ਫੋਨ ਹੈ ਆ ਇੰਜੀ ਇੱਕ ਪੀਸ ਕੱਟਿਆ ਅਤੇ ਆ ਚਮਚ ਉੱਤੋਂ ਇੰਝ ਮਾਰੀ ਆ ਕੈਚਅਪ ਲਾਈ ਚਾਸ ਆ ਗਈ ਅਤੇ ਇੱਕ ਵਾਰੀ ਮੈਂ ਹੁਣ ਖਾ ਲਵਾਂ ਮੁੜ ਮਿਲਦਾ ਆਪਦੀ ਪੀਜ਼ਾ ਖਾ ਲਿਆ ਅਤੇ ਹੁਣ ਆ ਗਿਆ ਬਾਹਰ ਪਸੀਨਾ ਛਿੱਕਣ ਛਿੱਕਦੇ ਪੈਣ ਤਸਵੀਰਾਂ ਇੱਥੇ ਬਾਹਰ ਆਈਫੋਨ 'ਤੇ ਛਿੱਕਦੇ ਪੈਣ ਪਤਾ ਨਹੀਂ ਆਈਫੋਨ ਦੀ ਮੈਮਰੀ ਫੁੱਲ ਹੋਈ ਪਈ ਅਤੇ ਲੋਕ ਨਹੀਂ ਬਣਦਾ ਹੁਣ ਮੈਂ ਦੂਜੇ ਕਿਹੜਾ ਨਹੀਂ ਮੇਰਾ ਕੋਲ ਫੋਨ ਯੂਜ਼ ਕਰ ਇਨਫਿਨਿਕਸ ਇਹਨੇ ਤਾਂ ਮੈਂ ਬਣਾਉਂਦਾ ਪਿਆ ਵੀਡੀਓ ਅਤੇ ਛਿੱਕਣ ਤਾਂ ਮਾੜਾ ਸੀ ਮੁੜ ਗਰਮੀ ਬੜੀ ਹੈ ਅਤੇ ਮੁੜ ਘਰ ਵਾਪਸ ਵੀ ਜਾਣਾ ਹੈ ਜਨਾਬ ਜੀ ਬੋਤਲ ਇੱਕ ਅੰਦਰੋਂ ਲੈ ਆਉਂਦੀ ਹੈ ਤੁਹਾਨੂੰ ਪਤਾ ਹੈ ਬੋਤਲ ਤਾਂ ਮੁੜ ਪਸੰਦ ਹੈ ਨਾ ਮੇਰੀ ਦਿਹਾੜੀ ਦੋ ਤਰ੍ਹਾਂ ਬੋਤਲਾਂ ਨਾ ਪੀ ਮੈਂ ਗੁਜ਼ਾਰਾ ਤੈਨੂੰ ਪੀਂਦਾ ਤਸਵੀਰਾਂ ਇੰਨਾ ਛਿੱਕ ਲਈਆਂ ਨਾ ਮੈਨੂੰ ਤਾਂ ਇੰਨਾ ਤਸਵੀਰਾਂ ਦਾ ਸ਼ੌਕ ਕੋ ਨਹੀਂ ਅਤੇ ਬਸ ਮੇਰੇ ਨਾਲ ਵੀਡੀਓ ਬਣਾਉਣ ਦਾ ਸ਼ੌਕ ਹੈ ਵੀ ਲੋਕ ਦਾ ਇਹੋ ਮੈਂ ਬਣਾਉਂਦਾ ਵੇਖਾਂ ਪੇਂਡੂ ਬਾਣ
ਸਨ ਆਪਣੇ ਪੰਜਾਬੀ ਹੋਣ ਤੇ ਨਾਜ਼ ਹੈ। ਹਾਂਜੀ ਪੰਜਾਬ ਪਿੰਡਾਂ 'ਚ ਤੁਸੀਂ ਉਹ ਤੁਹਾਨੂੰ ਨਾਜ਼ ਹੈ ਆਪਣੇ ਪਿੰਡ ਵਾਲਿਆਂ 'ਤੇ, ਹੈਂ ਨਾਜ਼ ਹੈ ਤੁਹਾਨੂੰ ਕਿ ਆਪਣੇ ਆਪ 'ਤੇ ਅਸੀਂ ਪਿੰਡ 'ਚ ਪਿੰਡ 'ਚ ਪਿੰਡਾਂ ਵਾਲੀ ਜ਼ਿੰਦਗੀ ਮੈਂ ਕਸਮੇ ਚਾਹ ਦੀ ਜ਼ਿੰਦਗੀ ਉਹਨਾਂ ਬੋਤਲ ਪੀਣੀ ਕਿਸੇ ਮੈਂ ਪੀਣੀ ਹਲਦੀ ਮਿਹਨਤ ਲਾ ਇਹ ਜਨਾਬ ਜੀ ਤੁਹਾਨੂੰ ਐਚ ਐਫ ਸੀ ਨਹੀਂ ਵਿਖਾਈ ਸੱਚੀ ਆਹ ਜਨਾਬ ਜੀ ਐਚ ਐਫ ਸੀ ਹੈ ਮੇਨ ਰੋਡ ਦੇ ਉੱਤੇ ਉੱਥੇ ਬੜਾ ਅੰਦਰ ਮਾਹੌਲ ਆ ਪੀ ਪੀ ਸ਼ਾਬਾ ਮੇਰੇ ਵਾਸਤੇ ਰੱਖੀ ਗੁੜ ਬਸ ਇੱਕ ਹੀ ਗੁੜ ਬਣ ਤੂੰ ਪੀਣੀ ਨਾ ਨਾ ਕਰੀ ਅਗਾਂ ਪੀ ਲੈ ਤੁਸੀਂ ਮੰਗਿਆ ਨਾ ਆ ਸਬਸਕ੍ਰਾਈਬਰ ਆਪਣੇ ਨਾ ਕੇ ਨਾ ਮੰਗਣ ਵਿੰਦੇ ਪੈ ਨਹੀਂ ਉਹ ਮੰਗਣਾ ਨਹੀਂ ਹੈ ਥੋੜੀ ਪੀ ਲਈ ਹੈ ਤੇ ਕੀ ਹੋਇਆ ਕੀ ਹੋਇਆ ਵਾ 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 ਨਸ਼ਾ ਚੜ ਗਿਆ ਮੈਂ ਨਾ ਸ਼ੋਰ ਨਵਾਜ ਹੈਂ ਨਸ਼ਾ ਚੜ ਗਿਆ ਥੋੜੀ ਨਾਲ ਬਸ ਕਰ ਹੁਣ ਚਾਬੀ ਸ਼ਾਬੀ ਮੇਰੀ ਕਿਤੇ ਉਹ ਛੋਰ ਨਸ਼ਾ ਚੜ ਗਈ ਮੈਂ ਨਾ ਮੋਬਾਈਲ ਮੇਰੀ ਜੇਬ ਚ ਚਲੀਏ ਹੁਣ ਆਪਣੇ ਸਕੂਟਰ ਕੋਲ ਆ ਆ ਵੀ ਬੈਕ ਸਾਡਾ ਸਕੂਟਰ ਜਨਾਬ ਜੀ ਖਲੋਤਾ ਆ ਇੰਤਜ਼ਾਰ ਵਿੱਚ ਮੇਰਾ ਮਾਲਕ ਕਿਤੇ ਵਗ ਗਿਆ ਬੱਚਾ ਪਰੇਸ਼ਾਨ ਨਾ ਹੋ ਮੈਂ ਆਇਆ ਤੇਰੇ ਕੋਲ ਦੂਰੀ ਪਛਾਣ ਹੋ ਜਾਂਦੀ ਹੈ ਅਲੀ ਵਾਰਸ ਹੈ ਸਕੂਟਰ ਸਾਡਾ ਹੈ ਲੈਣਾ ਪੈ ਕਿਹੜਾ ਹੈਨਾ ਹਾਂ ਚਾਬੀ ਯਾਰ ਕਿਤੇ ਵਗ ਗਈ ਚਾਬੀ ਮੀਡੀਅਮ ਆਈ ਲਾਰਜ ਚਾਬੀ ਆ ਗਈ ਤੇ ਲਾਕ ਲੱਗਾ ਆ ਚੱਲ ਬਾਈ ਬਸ ਕਰ ਬੰਦ ਕਰ ਚਲੀਏ ਚਲੀਏ ਬੰਦ ਕਰ ਜਾਣ ਕਰ ਲੰਮਾ ਕਰ ਕਰੋ ਖਰਾਬ ਕਰਦਾ ਜਨਾਬ ਜੀ ਤਾਂ ਹੁਣ ਜਾਂਦੇ ਪਏ ਹੁਣ ਹੁਣ ਮਿਲਦੇ ਟਰੱਕ ਘਰ ਜਾ ਕੇ ਹੋਰ ਹੀ ਬੜਾ ਤੇ ਗਰਮੀ ਨਹੀਂ ਬੜੀ ਦੋਵੇਂ ਕੰਮ ਹੀ ਬੜੇ ਜਾ ਥੋੜ੍ਹਾ ਪੈਕ ਕਰਾਇਆ ਘਰ ਜਾ ਖਾਣਾ ਇੱਥੇ ਅਸੀਂ ਕੱਢ ਕੇ ਲਾਰਜ ਆਰਡਰ ਕੀਤਾ ਅਤੇ ਅੱਗੇ ਕੱਢ ਗਏ ਗਰਮੀ ਬੜੀ ਹੈ ਗਰਮੀ ਨਹੀਂ ਖਾਣਾ ਜਨਾਬ ਜੀ ਆ ਗਏ ਦੁਖਾ ਪੀ ਕੇ ਕੋਈ ਨਾ ਫਾਇਦਾ ਸਿੱਧੀ ਗੱਲ ਹੈ ਕੋਈ ਪੀਦਾ ਦਾ ਨਾ ਫਾਇਦਾ ਕਸਮ ਖੁਦਾ ਦੀ ਉਹ ਪੀਦੇ ਨਾ ਬੰਦਾ ਕਸਮੇ 500-600 ਰੁਪਏ ਦਾ ਫਰੂਟ ਲੈ ਲਵੇ ਉਹ ਪਾਲ ਲੈ ਐਵੇਂ ਪੀਜ਼ਾ ਪੀਜ਼ਾ ਲਾਈ ਹੋਈ ਹੈ ਪੀਜ਼ਾ ਪੀਜ਼ਾ ਮੈਨੂੰ ਤਾਂ ਆਪ ਨੂੰ ਕੋਈ ਨਾ ਪਸੰਦ ਆ ਮੈਂ ਮੈਨੂੰ ਬਸ ਛੋਰਾ ਤੰਗ ਕੀਤਾ ਮੈਂ ਚੱਲ ਚਲੀਏ ਪੀਜ਼ਾ ਵਾਲੀ ਕੋਈ ਨਾ ਗੱਲ ਛੱਡ ਲਓ ਮੈਂ ਤਾਂ ਇੱਕ ਪੀਸ ਮਸੇ ਖਾਦਾ ਦੂਜਾ ਮਰਦੇ ਛੱਡ ਕੇ ਆ ਗਿਆ ਬੋਤਲ ਬਸ ਪੀਤੀ ਹੈ ਐਵੇਂ ਵਿਹਲਾ ਪੀਜ਼ਾ ਬਾਈ ਪੀਜ਼ਾ ਅਸੀਂ ਖਾਧਾ ਪੀਜ਼ਾ ਖਾਧਾ ਐਵੇਂ ਨਾ ਹੀ ਹੈ ਪੀਜ਼ੇ ਦਾ ਕੋਈ ਉਹ ਨਹੀਂ ਮਜ਼ਾ ਛੱਡਦਾ ਕੋਈ ਨਹੀਂ ਹੁੰਦਾ ਐਵੇਂ ਦੱਸਦਾ ਮੈਂ ਕਿਤੇ ਨੂੰ ਅਤੇ ਖਾਧਾ ਖਾਧਾ ਤਾਂ ਅੱਧਾ ਪੈਕ ਕਰਾ ਘਰ ਲੈਂਦਾ ਪੂਰਾ ਕੋਈ ਨਹੀਂ ਖਾਧਾ ਦਰਅਸਲ ਲਾਰਜ ਅਸੀਂ ਆਰਡਰ ਕਰ ਛੱਡਿਆ ਦੂਜਾ ਕਰਦੇ ਨਾ ਛੋਟਾ ਸਮਾਲ ਜਾਂ ਮੀਡੀਅਮ ਅਤੇ ਉਹ ਸਾਡੇ ਵਾਸਤੇ ਸਹੀ ਹੋਣਾ ਅਤੇ ਅਸੀਂ ਕਰਾਂ ਨਾ ਵੱਡਾ ਆਰਡਰ ਕਰ ਦਿੱਤਾ ਚਲੋ ਜਿਹੜਾ ਆਉਣਾ ਹੋ ਗਿਆ ਬੋਤਲ ਰੱਜ ਕੇ ਪੀਤੀ ਹੈ ਸੋਹਣਾ ਜਾਂ ਵੱਲੀ ਵੇ ਮੈਂ ਆ ਕੇ ਪਾਣੀ ਵੇਖ ਲਵਾਂ ਤੋੜ ਅੱਪੜ ਗਿਆ ਕੋਈ ਨਾ ਤਾਂ ਵਿੱਚ ਇੱਕ ਦੋ ਖੇਲੀਆਂ ਰਹਿ ਗਈਆਂ ਵਿੱਚ ਲਸਣ ਨੂੰ ਦੂਜਾ ਸਾਰਾ ਹੋ ਗਿਆ ਪਾਣੀ ਅਤੇ ਦੁਆ ਕਰੋ ਹੁਣ ਦੋ ਦਿਨਾਂ ਤੱਕ ਹਲਵਾਣੇ ਵੀ ਹੋ ਜਾਵਾਂ ਅਤੇ ਅੱਜ ਲੱਗਦਾ ਠੰਡਾ ਕਰਦੇ ਅਗਰ ਸਾਡੇ ਵਲੋਗ ਅੱਛੇ ਲੱਗੇ ਤਾਂ ਲਾਈਕ ਸਬਸਕ੍ਰਾਈਬ ਕਰ ਦੋਸਤਾਂ ਨੂੰ ਸ਼ੇਅਰ ਵੀ ਕਰਿਆ ਜੱਲਾ ਹਾਫਿਜ਼ ਮਿਲਦਾ ਅਗਲੇ ਵਲੋਗ ਤਦ ਕੇ ਲਈ ਅੱਲਾ ਹਾਫਿਜ਼।